ओम शांति ओम शांति ओम शांति शरीर ਦਾ ਨਾਮ ਪੂਜਾ ਬ੍ਰਹਮ ਕੁਮਾਰੀਸ ਨਾਲ ਜੁੜੇ ਹੋਏ ਅੱਜ ਮੈਨੂੰ तकरीबन 15 ਸਾਲ ਹੋ ਗਏ 2007 ਤੋਂ ਬ੍ਰਹਮ ਕੁਮਾਰੀਸ ਦੇ ਨਾਲ ਕਨਸਰਨ ਹੋਇਆ ਮੇਰੇ ਮਾਸੀ ਜੀ ਔਰ ਮੇਰੇ ਮਾਤਾ ਜੀ ਆਂਦੇ ਸੀਗੇ ਤੇ ਉਹ ਜਿੱਦਾਂ ਜਿੱਦਾਂ ਆਂਦੇ ਸੀ ਉਹਕਰ ਬੈਠ ਕੇ ਸਾਡੇ ਨਾਲ ਗੱਲਾਂ ਕਰਦੇ ਸੀ ਕਿ ਆਪਾਂ ਇੱਕ ਆਤਮਾ ਆਤਮਾ ਸ਼ਾਂਤ ਸਰੂਪ ਆਤਮਾ ਇਦਾਂ ਉਹਨਾਂ ਨੇ ਗੱਲਾਂ ਕਰਨੀਆਂ ਫਿਰ ਮੈਨੂੰ ਉਹਨਾਂ ਤੋਂ ਪ੍ਰੇਰਣਾ ਮਿਲੀ ਕਿ ਮੈਂ ਵੀ ਜਾ ਕੇ ਦੇਖਾਂ ਕਿ ਉੱਥੇ ਕੀ ਗਿਆਨ ਦਿੱਤਾ ਜਾਂਦਾ ਉਸ ਟਾਈਮ ਮੈਂ ਮਤਲਬ ਘਰ ਦੇ ਵਿੱਚ ਹੀ ਰਹਿੰਦੀ ਸੀਗੀ ਤੇ ਕਦੀ ਵਿੱਚ ਹੋਇਆ ਕਿ ਵੀਰਵਾਰ ਆ ਜਾਣਾ ਸਤਿਗੁਰੂਵਾਰ ਗਿਣਿਆ ਜਾਂਦਾ ਹੈ ਵੀਰਵਾਰ ਕਦੀ ਸੰਡੇ ਆ ਜਾਣਾ ਜਾਂ ਕਦੀ ਕਿਸੇ ਪ੍ਰੋਗਰਾਮ ਤੇ ਆ ਜਾਣਾ ਇਦਾਂ ਇਦਾਂ ਅੱਗੇ ਅੱਗੇ ਜਿਹੜਾ ਹੈਗਾ ਮੇਰਾ ਪੈਣਾ ਦੇ ਨਾਲ ਸੰਪਰਕ ਜਿਹੜਾ ਹੈਗਾ ਉਹ ਵੱਧਦਾ ਗਿਆ ਤੇ ਹੌਲੀ ਹੌਲੀ ਜਿੱਦਾਂ ਮਤਲਬ ਕੋਈ ਪ੍ਰੋਗਰਾਮ ਹੁੰਦਾ ਸੀਗਾ ਪੈਣਾ ਨੇ ਪ੍ਰੇਰਣਾ ਦਿੱਤੀ ਕਿ ਤੁਸੀਂ ਕੋਈ ਗੀਤ ਜਾਂ ਕਵਿਤਾ ਗਾਓ ਤੇ ਗੀਤ ਗਾਣੇ ਉਹ ਗੀਤ गांदे-ਗਾंदे ਅੱਜ ਤੁਹਾਡੇ ਸਾਹਮਣੇ ਮੈਂ ਬੈਠੀ ਹਾਂ 2013 ਦੇ ਵਿੱਚ ਐਸੀ પરિਸਥਿਤੀ ਆਈ ਕਿ ਮੇਰੇ ਯੁਗਲ ਨੇ શરીર ਛੱਡਤਾ 2013 ਔਰ 2000 ਉਸ ਤੋਂ ਪਹਿਲਾਂ 2007 ਦਾ ਜਿਹੜਾ ਸਫਰ ਸੀਗਾ ਉਹ ਕਦੀ ਆਣਾ ਜਾਣਾ ਔਰ ਪੈਣਾ ਦਾ ਸੰਗ ਇੰਨਾ ਪਿਆਰਾ ਲੱਗਦਾ ਸੀਗਾ ਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੀਗਾ ਤੇ ਉਸ ਟਾਈਮ ਰੈਗੂਲਰਟੀ ਨਹੀਂ ਸੀਗਾ ਕੀ ਕਦੀ ਵੀਰਵਾਰ ਆ ਜਾਣਾ ਇਤਵਾਰ ਆ ਜਾਣਾ ਪ੍ਰੋਗਰਾਮ ਤੇ ਆ ਜਾਣਾ ਕੋਈ ਰੈਲੀ ਹੋਣੀ ਉਸ ਟਾਈਮ ਆ ਜਾਣਾ ਪਰ ਜਦੋਂ 2013 ਦੇ ਵਿੱਚ ਇਹ ਪਾਣਾ ਵਾਪਰਿਆ ਉਸ ਤੋਂ ਬਾਅਦ ਮੇਰੇ ਵੱਡੇ ਦੀਦੀ ਸ਼ਾਂਤਾ ਦੀਦੀ ਜੀ ਨੇ ਮੈਨੂੰ ਜੱਫੀ ਪਾ ਕੇ ਇੱਕ ਗੱਲ ਕਹੀ ਕਿ ਬੱਚੇ ਉਹਨਾਂ ਨੇ ਮਤਲਬ ਇੱਕ ਮਾਂ ਦਾ ਸਹਾਰਾ ਦਿੱਤਾ ਕਿ ਬੱਚੂ ਤੂੰ ਹੁਣ ਆਪਣੇ ਦਿਲ ਦੀ ਗੱਲ ਸੁਣਨੀ ਹੈ ਤੇਰਾ ਦਿਮਾਗ ਕੀ ਕਹਿੰਦਾ ਹੈ ਤੇਰਾ ਦਿਲ ਕੀ ਕਹਿੰਦਾ ਹੈ ਇਸ ਸਟੇਜ ਦੇ ਉੱਤੇ ਤੂੰ ਆਪਣੀ ਦਿਲ ਦੀ ਸੁਣ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਨਾ ਉਸ ਦਿਨ ਦੀ ਉਹਨਾਂ ਦੀ ਗੱਲ ਵਕੜੀ ਪਈ ਹੋਈ ਉਹ ਜਫੀ ਨੇ ਅੱਜ 2022 ਮੈਨੂੰ ਪਿੱਛੇ ਮੁੜ ਕੇ ਦੇਖਣ ਦਾ ਟਾਈਮ ਵੀ ਨਹੀਂ ਮਿਲਦਾ ਉਹ ਕਿੱਦਾਂ ਉਹ ਮੈਂ ਤੁਹਾਨੂੰ ਦੱਸਦੀ ਐ ਕਿ ਜਦੋਂ 2013 ਦੇ ਵਿੱਚ ਮੇਰੇ ਹਸਬੰਦ ਨੇ ਸ਼ਰੀਰ ਛੱਡਿਆ ਆਣਾ ਜਾਣਾ ਤਾਂ ਪਹਿਲਾਂ ਹੀ ਸੀਗਾ ਸਾਡਾ ਬ੍ਰਹਮਾ ਕੁਮਾਰ ਇਸ ਚ ਪਰਿਵਾਰ ਸਹਿਯੋਗੀ ਸੀ ਮਾਤਾ ਜੀ ਸਹਿਯੋਗੀ ਸੀਗੇ ਤੇ ਆਣ ਜਾਣ ਦੇ ਨਾਲ ਮਤਲਬ ਉਹ ਗਿਆਨ ਅੰਦਰ ਜਾ ਰਿਹਾ ਸੀਗਾ ਕਿ ਭੈਣਾ ਸਾਨੂੰ ਕੀ ਸਮਝਾ ਰਹੀ ਹੈ ਉਹ ਪਿਤਾ ਪਰਮਾਤਮਾ ਸਾਨੂੰ ਕੀ ਸੰਦੇਸ਼ ਦੇ ਰਿਹਾ ਜਿਹੜਾ ਖੁਦ ਇਸ ਧਰਤੀ ਦੇ ਉੱਤੇ ਆ ਕੇ ਇੱਕ ਐਦਾ ਦੀ ਪਵਿੱਤਰਤਾ ਦੀ ਦੁਨੀਆ ਜਿਹੜੀ ਹੈ ਉਹ ਸਥਾਪਨ ਕਰ ਰਿਹਾ ਇਸ ਕਲਯੋਗੀ ਦੁਨੀਆ ਦੇ ਵਿੱਚ ਫਿਰ ਉਹ 2013 ਤੋਂ ਜਦੋਂ ਇਹ ਭਾਣਾ ਵਾਪਰਿਆ ਉਸ ਤੋਂ ਬਾਅਦ ਦੀਦੀ ਨੇ ਫਿਰ ਜੋ ਗੱਲ ਕਹੀ ਕਿ ਰੋਜ਼ ਮੁਰਲੀ ਸੁਨਾਣਾ ਹੈ। ਉਹ ਰੋਜ਼ ਦੀ ਮੁਰਲੀ ਨੇ ਮੇਰੇ ਅੰਦਰ ਇਨਾ ਦਮ ਭਰਿਆ ਕਿ ਮੇਰੀ ਜਿਹੜੀ ਮਾਨਸਿਕ ਸਥਿਤੀ ਸੀਗੀ ਨਾ ਉਹ ਬਿਲਕੁਲ ਜਿਹੜੀ ਹੈਗੀ ਉਹ ਸਟੇਬਲ ਹੁੰਦੀ ਰਹੀ। ਮਾਨਸਿਕ ਸਥਿਤੀ ਦੇ ਨਾਲ ਮੇਰੀ ਜੋ ਫਿਜ਼ੀਕਲ ਹੈਲਥ ਉਹ ਅੱਜ ਤੱਕ ਇਨੀ ਸਟੇਬਿਲਟੀ ਦੇ ਨਾਲ ਮੈਂ ਚੱਲ ਰਹੀ ਹਾਂ ਕਿ ਮੈਨੂੰ ਲੋਕ ਪੁੱਛਦੇ ਐ ਕੀ ਪੂਜਾ ਪੰਡ ਤੁਸੀਂ ਇੰਨਾ ਮਤਲਬ ਮੈਨੇਜ ਕਿਦਾਂ ਕਰ ਲੈਂਦੇ ਹੋ ਜਦੋਂ 2013 ਚ ਇਹ ਸਭ ਕੁਝ ਹੋਇਆ ਤੇ ਮੇਰੇ ਯੁਗਲ ਪੀ ਡਬਲਯੂ ਡੀ ਦੇ ਵਿੱਚ ਸਰਵਿਸ ਕਰਦੇ ਸੀਗੇ ਤੇ ਉਹਨਾਂ ਦੀ ਜਿਹੜੀ ਸਰਵਿਸ ਹੈ ਉਸ ਦੇ ਉੱਤੇ ਮੈਨੂੰ ਮੇਰੇ ਪਿਤਾ ਪਰਮਾਤਮਾ ਨੇ ਰਹਿਮਤ ਕੀਤੀ ਕਿ ਮੈਨੂੰ ਉਹ ਇੱਕ ਡਿਊਟੀ ਮਿਲੀ ਕਿ ਮੈਂ ਆਪਣੇ ਪਰਿਵਾਰ ਦਾ ਘਰ ਪਰਿਵਾਰ ਦਾ ਪਾਲਣ ਪੋषण ਕਰਨ ਲਈ ਮੈਨੂੰ ਉਸ ਪਰਮ ਪਿਤਾ ਪਰਮਾਤਮਾ ਨੇ ਉਹ ਬਖਸ਼ਿਸ਼ ਦਿੱਤੀ ਕਿ ਮੈਂ ਉਸ ਦੇ ਬਾਣੇ ਨੂੰ ਮੰਨਦੇ ਹੋਏ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਵਾਂ ਤੇ ਉਸ ਤੋਂ ਬਾਅਦ ਫਿਰ ਜਿਹੜਾ ਮੁਰਲੀ ਦਾ ਸਫ਼ਰ ਹੈ ਉਹ ਮੇਰਾ ਰੋਜ਼ ਦਾ ਸ਼ੁਰੂ ਹੋਇਆ ਮੁਰਲੀ ਦੇ ਵਿੱਚ ਜੋ 바ਬਾ ਨੇ ਕਿਹਾ ਮਤਲਬ ਹਰ ਦਿਨ ਮਤਲਬ 15 ਦਿਨ ਕਹਿ ਲੋ ਜਾਂ 20 ਦਿਨ ਕਹਿ ਲੋ ਕਿ ਮਤਲਬ ਮੈਨੂੰ ਜਿਹੜੀ ਮੇਰੇ ਜਵਾਬ ਸੀਗੇ ਨਾ ਕਿ ਮੇਰੇ ਨਾਲ ਕੀ ਹੋਇਆ ਕੀ ਹੋਇ ਉਹ ਹਰੇਕ ਦਾ ਆਨਸਰ ਮੈਨੂੰ ਜਿਹੜਾ ਹੈਗਾ ਉਹ ਮੁਰਲੀ ਦੇ ਮਾਧਿਅਮ ਦੇ ਨਾਲ ਮਿਲਿਆ ਔਰ ਮੁਰਲੀ ਨੇ ਉਹ ਮੇਰੀ ਜਿਹੜੀ ਸਥਿਤੀ ਹੈ ਉਹ ਬਣਾਈ ਔਰ ਉਸ ਤੋਂ ਬਾਅਦ ਮੇਰੇ ਵੱਡੇ ਦੀਦੀ ਸ਼ਾਂਤਾ ਦੀਦੀ ਜੀ ਜਿੰਨੀਆਂ ਵੀ ਸੈਂਟਰ ਦੀਆਂ ਭੈਣਾਂ ਹਨ ਉਹਨਾਂ ਦੇ ਸਹਿਯੋਗ ਦੇ ਨਾਲ ਫਿਰ ਸੇਵਾਵਾਂ ਦਾ ਕਾਰਜਵਾਹ ਸ਼ੁਰੂ ਹੋਇਆ ਦੀਦੀ ਨੇ ਮਤਲਬ ਮੈਨੂੰ ਕਹਿਣਾ ਕਿ ਆਪਾਂ ਜਿੱਥੇ ਜਾਣਾ ਤੇ ਮੈਨੂੰ ਨਾਲ ਲੈ ਕੇ ਜਾਣਾ ਮਤਲਬ ਉਹਨਾਂ ਦੀ ਪਾਲਣਾਂ ਦੇ ਨਾਲ ਅੱਗੇ ਵਾਦੇ 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 ਅੱਜ ਮੈਂ ਇੱਥੇ ਆਪਣਾ ਐਕਸਪੀਰੀਅੰਸ ਜਿਹੜਾ ਤੁਹਾਨੂੰ ਸੁਣਾ ਰਹੀ ਐ ਉਹ ਮੇਰੇ ਪਰਸਨਲ ਐਕਸਪੀਰੀਅੰਸ ਹੈ ਕੀ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ ਮੇਰਾ ਜੋ ਮੈਂਟਲੀ ਹੈਲਥ ਦਾ ਜਿਹੜਾ ਵਿਕਾਸ ਹੋਇਆ ਔਰ ਮੇਰੀ ਫਿਜ਼ੀਕਲ ਹੈਲਥ ਜਿਹੜੀ ਚੱਲ ਰਹੀ ਹੈ ਉਹ ਸਾਰੀ ਇਸ ਰਾਜ ਯੋਗਾ ਦੇ ਮਾਧਿਅਮ ਦੇ ਨਾਲ ਔਰ ਇਹ ਈਸ਼ਵਰੀਏ ਪਰਿਵਾਰ ਦੇ ਨਾਲ ਮੈਂ ਅੱਗੇ ਵਧਦੀ ਹੋਈ ਅੱਜ ਇੱਥੇ ਤੁਹਾਡੇ ਸਾਹਮਣੇ ਆਪਣਾ ਅਨੁਭਵ ਸੁਣਾ ਰਹੀ ਐ ਅਨੁਭਵ ਤਾਂ ਹੋਰ ਵੀ ਬਥੇਰੇ ਨੇ ਜਦੋਂ ਅੱਗੇ ਕਦੀ ਮੌਕਾ ਮਿਲੇਗਾ ਤੇ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੀ ਔਰ ਅੰਤ ਵਿੱਚ ਮੈਂ ਇਹੀ ਗੱਲ ਕਵਾਂਗੀ ਕਿ ਅਗਰ ਆਪਣਾ ਵਿਸ਼ਵਾਸ ਹੈ ਆਪਣੇ ਚਦਮ ਹੈ ਆਪਣੇ ਦ੍ਰਿੜਤਾ ਹੈ ਤਾਂ ਆਪਾਂ ਆਪਣੀ ਜ਼ਿੰਦਗੀ ਨੂੰ ਕਿਸੇ ਵੀ ਪਾਸੇ ਵੱਲ ਮੋੜ ਸਕਦੇ ਹਾਂ ਇੰਨਾ ਹੀ ਕਹਿੰਦੇ ਹੋਏ ਓਮ ਸ਼ਾਂਤੀ ਓਮ ਸ਼ਾਂਤੀ ਓਮ ਸ਼ਾਂਤੀ